हेलो स्टूडेंट्स, वेलकम टू इनसाइट एकेडमी। मैं परमजीत कौर तुहानू ईटीटी पंजाबी कैडर टीच कर रही हाँ। आपां एमसीक्यू दी सीरीज शुरू कीती हुई सी, उस दे रिगार्डिंग ही असीं अज तीसरा लैक्चर लगाउण जा रहे हाँ। लैक्चर लगाउण तों पहलां एक छोटी जी इनफॉर्मेशन, साडा फ्री वट्सअप ग्रुप ज्वाइन करन लई तुसीं अपना नाम, अपना कोर्स दा नाम, मेल जां फीमेल लिख के सानू वट्सअप मैसेज करो ਤਾਂ ਜੋ ਤੁਹਾਨੂੰ ਵਟਸਐਪ ਗਰੁੱਪ ਵਿੱਚ ਐਡ ਕਰ ਲਿਆ ਜਾਵੇ ਤੇ ਇਸੇ ਵਟਸਐਪ ਗਰੁੱਪ ਵਿੱਚ ਹੀ ਤੁਹਾਨੂੰ ਸਾਰੀਆਂ ਵੀਡੀਓਜ਼ ਦੇ ਲਿੰਕ ਅਤੇ ਫ੍ਰੀ ਪੀਡੀਐਫ ਸੈਂਡ ਕੀਤੀਆਂ ਜਾਣਗੀਆਂ। ਹਾਂਜੀ ਹਾਂਜੀ, ਅਮਨ ਕੰਬੋਜ, ਨੀਲਮ ਰਾਣੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸ਼ੁਰੂ ਕਰਦੇ ਹਾਂ ਜੀ ਅੱਜ ਦਾ ਲੈਕਚਰ। ਹਾਂਜੀ, ਪ੍ਰਸ਼ਨ ਨੰਬਰ 1, ਸੱਭਿਆਚਾਰ ਵਿੱਚ ਆਪਸ਼ਨ ਏ ਪਰਿਵਰਤਨਸ਼ੀਲਤਾ ਹੁੰਦੀ ਹੈ, ਆਪਸ਼ਨ ਬੀ ਕਠੋਰਤਾ ਹੁੰਦੀ ਹੈ, ਆਪਸ਼ਨ ਸੀ ਖੜੋਤ ਹੁੰਦੀ ਹੈ, ਆਪਸ਼ਨ ਡੀ ਗਤੀਹੀਨਤਾ ਹੁੰਦੀ ਹੈ। ਹਾਂਜੀ ਸੀਤਾ ਰਾਣੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰਬਜੀਤ, ਬਿਲਕੁਲ ਰਾਈਟ ਆਂਸਰ ਸੀਤਾ ਰਾਣੀ। ਅਮਨ, ਬਿਲਕੁਲ ਰਾਈਟ ਆਂਸਰ ਹੈ ਜੀ, ਆਪਸ਼ਨ ਏ ਸੱਭਿਆਚਾਰ ਵਿੱਚ ਪਰਿਵਰਤਨਸ਼ੀਲਤਾ ਹੁੰਦੀ ਹੈ। ਹਾਂਜੀ, ਸੱਭਿਆਚਾਰ ਹੈ ਜਿਹੜਾ ਉਹ ਸਾਡਾ ਬਦਲਦਾ ਰਹਿੰਦਾ ਹਮੇਸ਼ਾ ਹੀ। ਜਿਹੜੀ ਸਾਡੀ ਭਾਸ਼ਾ ਹੈ ਉਹਦੇ ਵਿੱਚ ਵੀ ਪਰਿਵਰਤਨਸ਼ੀਲਤਾ ਹੁੰਦੀ, ਉਹ ਵੀ ਸਾਡੀ ਬਦਲਦੀ ਰਹਿੰਦੀ ਹੈ। ਹਾਂਜੀ ਮਮਤਾ, ਬਿਲਕੁਲ ਰਾਈਟ ਆਂਸਰ ਹੈ ਜੀ। ਸਰਬਜੀਤ, ਗੁੱਡ ਈਵਨਿੰਗ ਜੀ। ਹਾਂਜੀ ਪ੍ਰਸ਼ਨ ਨੰਬਰ 2, ਚੌਕ ਫੁੱਲ, ਆਪਸ਼ਨ ਏ ਇੱਕ ਫੁੱਲ ਹੈ, ਆਪਸ਼ਨ ਬੀ ਇੱਕ ਕੰਧ ਚਿੱਤਰ ਹੈ, ਆਪਸ਼ਨ ਸੀ ਇੱਕ ਗਹਿਣਾ ਹੈ, ਆਪਸ਼ਨ ਡੀ ਫੁਲਕਾਰੀ ਦਾ ਰੰਗ ਹੈ। ਹਾਂਜੀ ਸਰਬਜੀਤ, ਬਿਲਕੁਲ ਰਾਈਟ ਆਂਸਰ ਹੈ ਜੀ। ਹਾਂਜੀ ਸੀਤਾ ਰਾਣੀ, ਹਾਂਜੀ ਜਸਵਿੰਦਰ ਕੌਰ, ਅਮਨ, ਹਾਂਜੀ ਬਿਲਕੁਲ ਰਾਈਟ ਆਂਸਰ ਮਮਤਾ। ਹਾਂਜੀ ਚੌਕ ਫੁੱਲ ਇੱਕ ਗਹਿਣਾ ਹੈ ਜੀ, ਅਤੇ ਸਿਰ ਦਾ ਗਹਿਣਾ ਹੈ ਜੀ ਇਹ ਚੌਕ ਫੁੱਲ, ਅਤੇ ਸੱਗੀ ਦੇ ਫੁੱਲ ਤਰ੍ਹਾਂ ਹੁੰਦਾ ਹੈ ਜੀ ਇਹ ਵੀ। ਪ੍ਰਸ਼ਨ ਨੰਬਰ 3, ਠੱਟੀਆਂ ਖੇਡਣ ਦੀ ਰਸਮ ਵਿੱਚ ਸ਼ਾਮਿਲ ਹੁੰਦਾ ਹੈ, ਆਪਸ਼ਨ ਏ ਨੂੰਹ ਸਹੁਰਾ, ਆਪਸ਼ਨ ਬੀ ਨੂੰਹ ਸੱਸ, ਆਪਸ਼ਨ ਸੀ ਨਨਾਣ ਭਰਜਾਈ, ਆਪਸ਼ਨ ਡੀ ਲਾੜਾ ਤੇ ਲਾੜੀ। ਹਾਂਜੀ ਅਮਨ, ਬਿਲਕੁਲ ਰਾਈਟ ਆਂਸਰ ਹੈ ਜੀ। ਸਰਬਜੀਤ, ਰੀਨਾ ਰਾਣੀ, ਬਿਲਕੁਲ ਰਾਈਟ ਆਂਸਰ। ਹਾਂਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਆਪਣੇ ਫਰੈਂਡਸ ਦੇ ਨਾਲ। ਹਾਂਜੀ ਜਸਵਿੰਦਰ, ਬਿਲਕੁਲ ਰਾਈਟ ਆਂਸਰ ਹੈ ਜੀ। ਹਾਂਜੀ ਛਟੀਆਂ ਖੇਡਣ ਦੀ ਰਸਮ ਲਾੜਾ ਤੇ ਲਾੜੀ ਹੁੰਦੀ ਹੈ, ਅਤੇ ਵਿਆਹ ਨਾਲ ਸੰਬੰਧਿਤ ਰਸਮ ਹੈ ਜੀ ਇਹ, ਵਿਆਹ ਨਾਲ ਸੰਬੰਧਿਤ। ਪ੍ਰਸ਼ਨ ਨੰਬਰ 4, ਜਰਗ ਦੇ ਮੇਲੇ ਦਾ ਸੰਬੰਧ ਹੈ, ਆਪਸ਼ਨ ਏ ਰੁੱਤ ਨਾਲ, ਆਪਸ਼ਨ ਬੀ ਮੁਸਲਮਾਨ ਫਕੀਰ ਨਾਲ, ਆਪਸ਼ਨ ਸੀ ਗੁੱਗੇ ਨਾਲ, ਆਪਸ਼ਨ ਡੀ ਸੀਤਲਾ ਦੇਵੀ ਨਾਲ। ਹਾਂਜੀ ਬਿਲਕੁਲ ਰਾਈਟ ਆਂਸਰ ਹੈ ਜੀ ਮਮਤਾ, ਅਮਨ, ਰੁਪਿੰਦਰ ਕੌਰ, ਬਿਲਕੁਲ ਰਾਈਟ ਆਂਸਰ ਹੈ ਸਰਬਜੀਤ, ਰੀਨਾ ਰਾਣੀ, ਹਾਂਜੀ ਰਬਨੂਰ, ਬਿਲਕੁਲ ਰਾਈਟ ਆਂਸਰ ਹੈ ਜੀ। ਹਾਂਜੀ ਜਰਗ ਦਾ ਮੇਲਾ ਸੀਤਲਾ ਦੇਵੀ ਦੀ ਉਸਤਤ ਨਾਲ ਸੰਬੰਧਿਤ ਹੈ ਜੀ। ਹੁਣ ਮੈਨੂੰ ਇਹ ਦੱਸਣਾ ਹੈ ਜੀ ਤੁਸੀਂ, ਜਰਗ ਦਾ ਜਿਹੜਾ ਮੇਲਾ ਹੈ ਜੀ ਉਹਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ, ਜਰਗ ਦੇ ਮੇਲੇ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ। ਹਾਂਜੀ ਅਮਨ ਕਹਿੰਦਾ ਜੀ ਲੁਧਿਆਣੇ ਵਿੱਚ ਲੱਗਦਾ, ਬਿਲਕੁਲ ਰਾਈਟ ਹੈ ਜੀ। ਅਤੇ ਮਾਲਵਾ ਖੇਤਰ, ਮਾਲਵੇ ਖੇਤਰ ਦਾ ਮਸ਼ਹੂਰ ਮੇਲਾ ਹੈ ਜੀ ਇਹ। ਹਾਂਜੀ ਜਰਗ ਦੇ ਮੇਲੇ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ। ਬਿਹੜੀਏ ਦਾ ਮੇਲਾ, ਬਿਹੜੀਏ ਦਾ ਮੇਲਾ,
ਜਾਂ ਪਾਸੜੀਏ ਦਾ ਮੇਲਾ। ਠੀਕ ਹੈ, ਤੇ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਲੱਗਦਾ ਹੈ। ਬਾਸੜੀਏ ਦਾ ਮੇਲਾ ਤੇ ਬੇੜੀਏ ਦਾ ਮੇਲਾ ਨੂੰ ਤਾਂ ਕਹਿੰਦੇ ਆ ਕਿਉਂਕਿ ਬਾਸੀ ਖਾਣਾ ਖਾਧਾ ਜਾਂਦਾ, ਇੱਕ ਦਿਨ ਪਹਿਲਾਂ ਸਾਰਾ ਖਾਣਾ ਬਣਾਇਆ ਜਾਂਦਾ, ਦੂਜੇ ਦਿਨ ਖਾਧਾ ਜਾਂਦਾ। ਜਿਸ ਦਿਨ ਇਹ ਮੇਲਾ ਹੁੰਦਾ ਉਸ ਦਿਨ ਘਰ ਦੇ ਵਿੱਚ ਅੱਗ ਨਹੀਂ ਬਾਲੀ ਜਾਂਦੀ। ਪ੍ਰਸ਼ਨ ਨੰਬਰ 5, ਸਿੱਖਾਂ ਦੇ ਰਾਜ ਦੀ ਵਿਥਿਆ ਦਾ ਕਰਤਾ ਹੈ। ਆਪਸ਼ਨ ਏ ਭਾਈ ਮਨੀ ਸਿੰਘ, ਆਪਸ਼ਨ ਬੀ ਭਾਈ ਨੰਦ ਲਾਲ, ਆਪਸ਼ਨ ਸੀ ਸ਼ਰਧਾ ਰਾਮ ਫਿਲੌਰੀ, ਆਪਸ਼ਨ ਡੀ ਭਾਈ ਵੀਰ ਸਿੰਘ। ਹਾਂਜੀ ਅਮਨ, ਬਿਲਕੁਲ ਰਾਈਟ ਆਂਸਰ ਹੈ ਜੀ। ਹਾਂਜੀ ਸੁਖ ਬਰਾੜ, ਬਿਲਕੁਲ ਰਾਈਟ ਆਂਸਰ ਹੈ ਜੀ। ਰੁਪਿੰਦਰ, ਹਾਂਜੀ ਰਬਨੂਰ, ਸਿੱਖਾਂ ਦੇ ਰਾਜ ਦੀ ਵਿਥਿਆ ਪੰਡਿਤ ਸ਼ਰਧਾ ਰਾਮ ਫਿਲੌਰੀ, ਆਪਸ਼ਨ ਸੀ, ਬਿਲਕੁਲ ਰਾਈਟ। ਹਾਂਜੀ ਹੁਣ ਇਹ ਦੱਸੋ ਜੀ, ਸਿੱਖਾਂ ਦੇ ਰਾਜ ਦੀ ਵਿਥਿਆ ਜਿਹੜੀ ਪੁਸਤਕ ਹੈ ਕਦੋਂ ਪ੍ਰਕਾਸ਼ਿਤ ਹੋਈ, ਕਦੋਂ ਪ੍ਰਕਾਸ਼ਿਤ ਹੋਈ? ਅਠਾਰਾਂ ਸੌ 66 ਵਿੱਚ। ਦੂਜੀ ਪੁਸਤਕ ਸੀ ਪੰਜਾਬੀ ਬਾਤਚੀਤ। ਅਠਾਰਾਂ ਸੌ 75 ਵਿੱਚ ਇਹ TGT ਵਿੱਚ ਵੀ ਕੁਸ਼ਚਨ ਪੁੱਛੇ ਜਾ ਚੁੱਕੇ। TGT ਪ੍ਰਸ਼ਨ ਨੰਬਰ 6, ਬੁੱਲੇ ਸ਼ਾਹ ਕਿਸ ਧਾਰਾ ਨਾਲ ਸੰਬੰਧਿਤ ਹੈ? ਆਪਸ਼ਨ ਏ ਗੁਰਮਤ, ਆਪਸ਼ਨ ਬੀ ਸੂਫੀ, ਆਪਸ਼ਨ ਸੀ ਅਧਿਆਤਮਕ, ਆਪਸ਼ਨ ਡੀ ਭਗਤੀ। ਹਾਂਜੀ ਸੁਖ ਬਰਾੜ, ਬਿਲਕੁਲ ਰਾਈਟ ਆਂਸਰ ਹੈ ਜੀ। ਅਮਨ, ਰਬਨੂਰ, ਜਸਵਿੰਦਰ, ਬਿਲਕੁਲ ਰਾਈਟ। ਸੀਤਾ ਰਾਣੀ, ਬਿਲਕੁਲ ਰਾਈਟ ਆਂਸਰ ਹੈ ਜੀ। ਹਾਂਜੀ ਆਪਸ਼ਨ ਬੀ ਸੂਫੀ ਕਾਵਿ ਧਾਰਾ ਨਾਲ ਸੰਬੰਧਿਤ ਕਵੀ ਹੈ ਜੀ ਬੁੱਲੇ ਸ਼ਾਹ। ਪ੍ਰਸ਼ਨ ਨੰਬਰ 7, ਆਸ਼ਾ ਬਹੁਤ ਸੋਹਣਾ ਗਾਉਂਦੀ ਹੈ। ਆਸ਼ਾ ਵਾਕ ਵਿੱਚ ਸੋਹਣਾ ਕਿਸ ਸ਼ਬਦ ਸ਼੍ਰੇਣੀ ਵਿੱਚ ਆਉਂਦਾ ਹੈ? ਸੋਹਣਾ ਆਪਸ਼ਨ ਏ ਵਿਸ਼ੇਸ਼ਣ, ਆਪਸ਼ਨ ਬੀ ਨਾਮ, ਆਪਸ਼ਨ ਸੀ ਕਿਰਿਆ, ਆਪਸ਼ਨ ਡੀ ਕਿਰਿਆ ਵਿਸ਼ੇਸ਼ਣ। ਹਾਂਜੀ ਸਰਬਜੀਤ, ਸੁਖਬਰਾਜ, ਜਸਵਿੰਦਰ, ਰਬਨੂਰ, ਰੁਪਿੰਦਰ ਕੌਰ, ਬਿਲਕੁਲ ਰਾਈਟ ਆਂਸਰ ਹੈ ਜੀ। ਪ੍ਰਿੰਕਾ, ਬਿਲਕੁਲ ਰਾਈਟ। ਅਮਨ ਕੰਬੋਜ, ਬਿਲਕੁਲ ਰਾਈਟ ਹੈ ਜੀ। ਹਾਂਜੀ ਜਿਹੜਾ ਸੋਹਣਾ ਸ਼ਬਦ ਹੈ ਉਹ ਵਿਸ਼ੇਸ਼ਣ ਹੈ ਜੀ। ਪ੍ਰਸ਼ਨ ਨੰਬਰ 8, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਸ ਗੁਰੂ ਸਾਹਿਬ ਨੇ ਕੀਤੀ? ਆਪਸ਼ਨ ਏ ਗੁਰੂ ਨਾਨਕ ਦੇਵ ਜੀ, ਆਪਸ਼ਨ ਬੀ ਗੁਰੂ ਅਮਰਦਾਸ ਜੀ, ਆਪਸ਼ਨ ਸੀ ਗੁਰੂ ਰਾਮਦਾਸ ਜੀ, ਆਪਸ਼ਨ ਡੀ ਗੁਰੂ ਅਰਜਨ ਦੇਵ ਜੀ। ਹਾਂਜੀ ਬਿਲਕੁਲ ਰਾਈਟ ਆਂਸਰ ਹੈ ਜੀ ਅਮਨ, ਰਬਨੂਰ, ਰੁਪਿੰਦਰ, ਸੀਤਾ ਰਾਣੀ, ਪ੍ਰਿੰਕਾ। ਹਾਂਜੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ। ਹਾਂਜੀ ਕਦੋਂ ਕੀਤੀ ਜੀ, ਕੋਈ ਦੱਸ ਸਕਦਾ ਜੀ? ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਦੋਂ ਕੀਤੀ ਗਈ? ਹਾਂਜੀ ਬਿਲਕੁਲ ਰਾਈਟ ਆਂਸਰ ਹੈ ਜੀ 1604 ਈਸਵੀ ਵਿੱਚ। ਪ੍ਰਸ਼ਨ ਨੰਬਰ 9, ਪ੍ਰੀਤ ਲੜੀ ਰਸਾਲਾ ਜਾਰੀ ਹੋਇਆ। ਆਪਸ਼ਨ ਏ 1920, ਆਪਸ਼ਨ ਬੀ 1895, ਆਪਸ਼ਨ ਸੀ 1933, ਆਪਸ਼ਨ ਡੀ 1947। ਹਾਂਜੀ ਬਿਲਕੁਲ ਰਾਈਟ ਆਂਸਰ ਹੈ ਜੀ ਸਰਬਜੀਤ, ਸੁਖਪ੍ਰਾਣ, ਰਬਨੂਰ, ਹਾਂਜੀ ਰੁਪਿੰਦਰ ਕੌਰ, ਸਰਬਜੀਤ, ਸੀਤਾ ਰਾਣੀ।
ऑप्शन सी 1933 ईस्वी विच जारी होया जी। प्रश्न नंबर 10, त्रिलोचन दा कद कहानी है। ऑप्शन ए कुलवंत सिंह विर्क, ऑप्शन बी अमृता प्रीतम, ऑप्शन सी करतार सिंह दुग्गल, ऑप्शन डी अजीत कौर। हाँ जी बिल्कुल राइट है जी, सुखबरार, सरबजीत, प्रियंका, रुपिंदर, रीना रानी, ममता, रबनूर, बिल्कुल राइट आंसर, सीता रानी। त्रिलोचन दा कद कहानी ऑप्शन सी करतार सिंह दुग्गल दी है। प्रश्न नंबर 11, मलवई विच वाह वाह धुनी दा उच्चारण किया जाता है। ऑप्शन ए बब्बा, ऑप्शन बी वावा, ऑप्शन सी पप्पा, ऑप्शन डी फुफा। हाँ जी सरबजीत, सुखबराड़, रीना रानी, रुपिंदर, हाँ जी सीता रानी, बिल्कुल राइट है जी। अमन कंबोज, बिल्कुल राइट आंसर है जी, ऑप्शन ए बब्बा। प्रश्न नंबर 12, पंजाब भवन किस किस्म का समासी शब्द है। ऑप्शन ए नाम प्लस नाम, ऑप्शन बी नाम प्लस विशेषण, ऑप्शन सी नाम प्लस क्रिया, ऑप्शन डी विशेषण प्लस विशेषण। हाँ जी सुखबराड़, बिल्कुल राइट आंसर है जी। हाँ जी प्रियंका, बिल्कुल राइट, पंजाब भी नाम है, भवन भी नाम है, नाम प्लस नाम समासी शब्द, ऑप्शन ए बिल्कुल राइट आंसर है जी। प्रश्न नंबर 13, पानी वगदे ही रहन कि वगदे सोंदे ने तुका हन। ऑप्शन ए प्रोफेसर पूरन सिंह, ऑप्शन बी डॉक्टर दीवान सिंह काले पानी, ऑप्शन सी भाई वीर सिंह, ऑप्शन डी धनी राम चात्रिक। हाँ जी सीता रानी, सुखबरार, सरबजीत, रबनूर, रबनूर गलत आंसर है जी। हाँ जी प्रियंका, बिल्कुल राइट है जी, रुपिंदर, बिल्कुल राइट, रीना रानी, बिल्कुल राइट है जी। हाँ जी डॉक्टर दीवान सिंह काले पानी दिया सत्रा ने जी, ते कविता का नाम है जी वगदे पानी। प्रश्न नंबर 14, मां दा दिल कविता है। ऑप्शन ए प्रोफेसर पूरन सिंह, ऑप्शन बी अमृता प्रीतम, ऑप्शन सी फिरोजिन सर्फ, ऑप्शन डी धनी राम चात्रिक। हां जी मां दा दिल, ऑप्शन सी फिरोजिन सर्फ दी कविता है जी, मां दा दिल, ऑप्शन सी महेश सिद्धि, बिल्कुल राइट है जी। सरबजीत, बिल्कुल राइट आंसर है जी। सुखबराड़, अमन कंबोज, बिल्कुल राइट आंसर है जी। प्रश्न नंबर 15, पंजाब कविता है। ऑप्शन ए प्रोफेसर पूरन सिंह, ऑप्शन बी धनी राम चात्रिक, ऑप्शन सी शिव कुमार बटालवी, ऑप्शन डी अमृता प्रीतम। जसविंदर कौर, बिल्कुल राइट है जी। हाँ जी रुपिंदर कौर, बिल्कुल राइट आंसर है जी, ऑप्शन बी धनी राम चात्रिक दी कविता है जी पंजाब। रबनूर, बिल्कुल राइट आंसर है। प्रश्न नंबर 16, प्रेमी दे न्याणे कहानी किसकी है। ऑप्शन ए अजीत कौर, ऑप्शन बी जसवीर भुल्लर, ऑप्शन सी प्रिंसिपल संत सिंह सेखों, ऑप्शन डी कुलवंत सिंह विर्क। हाँ जी जसविंदर कौर, सीता रानी, रुपिंदर, जसविंदर, रबनूर, बिल्कुल राइट आंसर है जी, पेमी दे न्याणे। हाँ जी सुखबराड़, बिल्कुल राइट आंसर है जी, ऑप्शन सी प्रिंसिपल संत सिंह सेखों दी कहानी है जी यह। प्रश्न नंबर 17, व्याकरण की है। ऑप्शन ए
ਭਾਸ਼ਾ ਸਿੱਖਣ ਦਾ ਸਾਧਨ, ਆਪਸ਼ਨ ਬੀ ਭਾਸ਼ਾ ਲਿਖਣ ਦਾ ਸਾਧਨ, ਆਪਸ਼ਨ ਸੀ ਭਾਸ਼ਾ ਪਿੱਛੇ ਕਾਰਜਸ਼ੀਲ ਨਿਯਮ। ਪ੍ਰਬੰਧ ਆਪਸ਼ਨ ਡੀ ਕੋਈ ਨਹੀਂ। ਹਾਂਜੀ ਰਬਨੂਰ, ਰੁਪਿੰਦਰ ਬਿਲਕੁਲ ਰਾਈਟ ਹੈ ਜੀ, ਸੁਖਬਰਾੜ ਬਿਲਕੁਲ ਰਾਈਟ ਆਂਸਰ ਹੈ, ਜਸਵਿੰਦਰ, ਸੀਤਾ ਰਾਣੀ, ਪ੍ਰਿੰਕਾ, ਅਮਨ ਕੰਬੋਜ ਬਿਲਕੁਲ ਰਾਈਟ ਆਂਸਰ ਹੈ ਜੀ। ਭਾਸ਼ਾ ਪਿੱਛੇ ਕਾਰਜਸ਼ੀਲ ਨਿਯਮ, ਪ੍ਰਬੰਧ ਮੀਨਸ ਭਾਸ਼ਾ ਨਾਲ ਭਾਸ਼ਾ ਨੂੰ ਸਿੱਖਣ ਲਈ ਜਿਹੜੇ ਵੀ ਨਿਯਮ ਬਣਾਏ ਜਾਂਦੇ ਹੈ ਉਹਨਾਂ ਨਿਯਮਾਂ ਦੇ ਸਮੂਹ ਨੂੰ ਵਿਆਕਰਨ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 18, ਬਠਿੰਡਾ ਅਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਪੰਜਾਬੀ ਦੀ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ? ਆਪਸ਼ਨ ਏ ਮਾਝੀ, ਆਪਸ਼ਨ ਬੀ ਮਲਵਈ, ਆਪਸ਼ਨ ਸੀ ਦੁਆਬੀ, ਆਪਸ਼ਨ ਡੀ ਪੁਆਧੀ। ਹਾਂਜੀ ਪ੍ਰਿੰਕਾ ਬਿਲਕੁਲ ਰਾਈਟ ਹੈ ਜੀ, ਸੁਖਬਰਾੜ, ਅਮਨ, ਰੁਪਿੰਦਰ, ਸੀਤਾ ਰਾਣੀ, ਮਮਤਾ, ਹਾਂਜੀ ਅਮਨ ਕੰਬੋਜ ਬਿਲਕੁਲ ਰਾਈਟ ਆਂਸਰ ਹੈ ਜੀ, ਆਪਸ਼ਨ ਬੀ ਮਲਵਈ ਭਾਸ਼ਾ ਬੋਲੀ ਜਾਂਦੀ ਹੈ ਜੀ। ਪ੍ਰਸ਼ਨ ਨੰਬਰ 19, ਟੈਂਕਾ, ਠੱਠਾ, ਡੱਡਾ, ਢੱਡਾ, ਨਾਨਾ ਕਿਸ ਵਰਗ ਦੀਆਂ ਧੁਨੀਆਂ ਹਨ? ਆਪਸ਼ਨ ਏ ਹੋਠੀ, ਆਪਸ਼ਨ ਬੀ ਤਾਲਵੀ, ਆਪਸ਼ਨ ਸੀ ਕੰਠੀ, ਆਪਸ਼ਨ ਡੀ ਉਲਟਜੀ ਬੀ। ਹਾਂਜੀ ਰੀਨਾ ਰਾਣੀ ਬਿਲਕੁਲ ਰਾਈਟ ਆਂਸਰ ਹੈ ਜੀ, ਸੀਤਾ ਰਾਣੀ ਬਿਲਕੁਲ ਰਾਈਟ, ਹਾਂਜੀ ਸੁਖਬਰਾੜ, ਜਸਵਿੰਦਰ ਬਿਲਕੁਲ, ਪ੍ਰਿੰਕਾ, ਹਾਂਜੀ ਰੁਪਿੰਦਰ ਕੌਰ, ਅਮਨ ਕੰਬੋਜ ਬਿਲਕੁਲ ਰਾਈਟ ਹੈ ਜੀ, ਆਪਸ਼ਨ ਡੀ ਉਲਟ ਜੀ ਬੀ। ਪ੍ਰਸ਼ਨ ਨੰਬਰ 20, ਲਿਪੀ ਕੀ ਹੈ? ਆਪਸ਼ਨ ਏ ਵਿਆਕਰਨ ਪ੍ਰਬੰਧ, ਆਪਸ਼ਨ ਬੀ ਅੱਖਰ ਪ੍ਰਬੰਧ, ਆਪਸ਼ਨ ਸੀ ਸ਼ਬਦ ਪ੍ਰਬੰਧ, ਆਪਸ਼ਨ ਡੀ ਧੁਨੀ ਪ੍ਰਬੰਧ। ਹਾਂਜੀ ਪ੍ਰਿੰਕਾ, ਸਰਬਜੀਤ, ਜਸਵਿੰਦਰ ਬਿਲਕੁਲ ਰਾਈਟ ਆਂਸਰ, ਰੁਪਿੰਦਰ, ਹਾਂਜੀ ਸੁਖਬਰਾੜ, ਆਪਸ਼ਨ ਬੀ ਲਿਪੀ ਅੱਖਰ ਪ੍ਰਬੰਧ ਬਿਲਕੁਲ ਰਾਈਟ ਆਂਸਰ ਹੈ ਜੀ। ਪ੍ਰਸ਼ਨ ਨੰਬਰ 21, ਪੰਜਾਬੀ ਭਾਸ਼ਾ ਦੇ ਕਿਹੜੇ ਅੱਖਰ ਸ਼ਬਦ ਦੀ ਆਦ ਸਥਿਤੀ ਵਿੱਚ ਨਹੀਂ ਆਉਂਦੇ? ਆਪਸ਼ਨ ਏ ਨਈਆਂ, ਨਈਆਂ, ਨਾਣਾ ਤੇ ਰਾੜਾ, ਆਪਸ਼ਨ ਬੀ ਸੱਸਾ, ਘੱਗਾ, ਝੱਜਾ, ਢੱਡਾ, ਆਪਸ਼ਨ ਸੀ ਨੰਨਾ, ਡੱਡਾ, ਢੱਡਾ, ਲੱਲਾ, ਆਪਸ਼ਨ ਡੀ ਕੱਕਾ, ਢੱਡਾ, ਟੈਂਕਾ, ਕੱਤਾ। ਹਾਂਜੀ ਰੀਨਾ, ਸੀਤਾ ਰਾਣੀ ਬਿਲਕੁਲ ਰਾਈਟ ਆਂਸਰ ਹੈ ਜੀ, ਹਾਂਜੀ ਰੁਪਿੰਦਰ ਕੌਰ ਬਿਲਕੁਲ ਰਾਈਟ ਹੈ ਜੀ, ਮਮਤਾ ਰੋਂਗ ਆਂਸਰ, ਸਰਬਜੀਤ ਬਿਲਕੁਲ ਰਾਈਟ, ਪ੍ਰਿੰਕਾ, ਅਮਨ ਕੰਬੋਜ, ਹਾਂਜੀ ਆਪਸ਼ਨ ਏ, ਇਹ ਜਿਹੜੇ ਅੱਖਰ ਨੇ ਸ਼ਬਦਾਂ ਦੇ ਆਰੰਭ ਵਿੱਚ ਕਦੇ ਨਹੀਂ ਆਉਂਦੇ। ਪ੍ਰਸ਼ਨ ਨੰਬਰ 22, ਪੰਜਾਬੀ ਸਾਹਿਤ ਦਾ ਪਿਤਾਮਾ ਤੇ ਪਹਿਲਾ ਸੂਫੀ ਕਵੀ? ਆਪਸ਼ਨ ਏ ਬੁੱਲੇ ਸ਼ਾਹ, ਆਪਸ਼ਨ ਬੀ ਬਾਬਾ ਸ਼ੇਖ ਫਰੀਦ, ਆਪਸ਼ਨ ਸੀ ਸ਼ਾਹ ਹੁਸੈਨ, ਆਪਸ਼ਨ ਡੀ ਦਮੋਦਰ। ਹਾਂਜੀ ਬਿਲਕੁਲ ਰਾਈਟ ਆਂਸਰ ਹੈ ਜੀ, ਸੁਖਬਰਾੜ, ਹਾਂਜੀ ਰੀਨਾ, ਜਸਵਿੰਦਰ, ਸਰਬਜੀਤ, ਪ੍ਰਿੰਕਾ, ਅਮਨ, ਸੀਤਾ ਰਾਣੀ, ਸਰਬਜੀਤ, ਆਪਸ਼ਨ ਬੀ ਬਾਬਾ ਸ਼ੇਖ ਫਰੀਦ, ਪੰਜਾਬੀ ਸਾਹਿਤ ਦਾ ਪਿਤਾਮਾ ਅਤੇ ਪਹਿਲਾ ਸੂਫੀ ਕਵੀ। ਪ੍ਰਸ਼ਨ ਨੰਬਰ 23, ਬੁੱਲੇ ਸ਼ਾਹ ਦਾ ਮੁਰਸ਼ਦ ਕੌਣ ਸੀ? ਆਪਸ਼ਨ ਏ ਸ਼ਾਹ ਹੁਸੈਨ, ਆਪਸ਼ਨ ਬੀ ਸੁਲਤਾਨ ਬਾਹੂ, ਆਪਸ਼ਨ ਸੀ ਸ਼ਾਹ ਇਨਾਇਤ, ਆਪਸ਼ਨ ਡੀ ਵਜੀਦ। ਹਾਂਜੀ ਰੁਪਿੰਦਰ, ਪ੍ਰਿੰਕਾ, ਹਾਂਜੀ ਅਮਨ, ਰੀਨਾ ਰਾਣੀ, ਸੀਤਾ, ਹਾਂਜੀ ਸਰਬਜੀਤ, ਬਿਲਕੁਲ ਰਾਈਟ ਆਂਸਰ ਹੈ ਜੀ, ਆਪਸ਼ਨ ਸੀ ਸ਼ਾਹ ਇਨਾਇਤ, ਬੁੱਲੇ ਸ਼ਾਹ ਦਾ ਮੁਰਸ਼ਦ ਸੀ। ਪ੍ਰਸ਼ਨ ਨੰਬਰ 24, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਰਾਂ ਦੀ ਗਿਣਤੀ? ਆਪਸ਼ਨ ਏ 31, ਆਪਸ਼ਨ ਬੀ 22, ਆਪਸ਼ਨ ਸੀ 21, ਆਪਸ਼ਨ ਡੀ 51। ਹਾਂਜੀ ਰੀਨਾ, ਹਾਂਜੀ ਸੁਖਬਰਾੜ, ਸਰਬਜੀਤ, ਹਾਂਜੀ ਸੀਤਾ ਰਾਣੀ, ਬਿਲਕੁਲ ਰਾਈਟ ਆਂਸਰ ਹੈ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਵਾਰਾਂ ਦੀ ਗਿਣਤੀ 22 ਹੈ ਜੀ। ਪ੍ਰਸ਼ਨ ਨੰਬਰ 25, ਖਾਲਸੇ ਦੀ ਸਾਜਨਾ ਹੋਈ? ਆਪਸ਼ਨ ਏ 1469,
ਆਪਸ਼ਨ ਬੀ 1604, ਆਪਸ਼ਨ ਸੀ 1699, ਆਪਸ਼ਨ ਡੀ 1708। ਹਾਂਜੀ ਜਸਵਿੰਦਰ ਬਿਲਕੁਲ ਰਾਈਟ ਹੈ ਜੀ। ਹਾਂਜੀ ਬਿਲਕੁਲ ਰਾਈਟ ਆਂਸਰ। ਹਾਂਜੀ ਅਮਨ ਕੰਬੋਜ, ਹਾਂਜੀ ਸੀਤਾ ਰਾਣੀ ਸੁਖ ਬਰਾੜ, ਆਪਸ਼ਨ ਸੀ 1699 ਈਸਵੀ। ਪ੍ਰਸ਼ਨ ਨੰਬਰ 26, ਰਾਸ ਲੀਲਾ ਕਹਾਣੀ ਦਾ ਲੇਖਕ ਹੈ। ਆਪਸ਼ਨ ਏ ਨਾਨਕ ਸਿੰਘ, ਆਪਸ਼ਨ ਬੀ ਸੁਜਾਨ ਸਿੰਘ, ਆਪਸ਼ਨ ਸੀ ਗੁਰਚਰਨ ਸਿੰਘ ਜਸੂਜਾ, ਆਪਸ਼ਨ ਡੀ ਗੁਰਦਿਆਲ ਸਿੰਘ ਖੋਸਲਾ। ਹਾਂਜੀ ਰੁਪਿੰਦਰ ਬਿਲਕੁਲ ਰਾਈਟ ਆਂਸਰ ਹੈ ਜੀ। ਸਰਬਜੀਤ, ਸੁਖ ਬਰਾੜ, ਅਮਨ ਕੰਬੋਜ, ਹਾਂਜੀ ਜਸਵਿੰਦਰ ਕੌਰ, ਸੀਤਾ ਰਾਣੀ, ਆਪਸ਼ਨ ਬੀ ਸੁਜਾਨ ਸਿੰਘ ਦੀ ਕਹਾਣੀ ਹੈ ਜੀ ਰਾਸ ਲੀਲਾ। ਪ੍ਰਸ਼ਨ ਨੰਬਰ 27, ਪੱਪਾ ਫੱਫਾ ਬੱਬਾ ਭੱਬਾ ਮੰਮਾ ਵਿਅੰਜਨ ਹਨ। ਆਪਸ਼ਨ ਏ ਕੰਠੀ, ਆਪਸ਼ਨ ਬੀ ਹੋਠੀ, ਆਪਸ਼ਨ ਸੀ ਦੰਤੀ, ਆਪਸ਼ਨ ਡੀ ਉਲਟ ਜੀਬੀ। ਹਾਂਜੀ ਹਾਂਜੀ ਬਿਲਕੁਲ ਰਾਈਟ ਆਂਸਰ ਹੈ ਜੀ ਆਪਸ਼ਨ ਬੀ ਹੋਠੀ। ਪ੍ਰਸ਼ਨ ਨੰਬਰ 28, ਮੁੰਡਾ ਰੋਟੀ ਖਾਂਦਾ ਹੈ ਵਾਕ ਵਿੱਚ ਉਦੇਸ਼ ਹੈ। ਹਾਂਜੀ ਆਪਸ਼ਨ ਏ ਰੋਟੀ, ਆਪਸ਼ਨ ਬੀ ਖਾਂਦਾ, ਆਪਸ਼ਨ ਸੀ ਮੁੰਡਾ, ਆਪਸ਼ਨ ਡੀ ਏ ਅਤੇ ਬੀ ਦੋਵੇਂ। ਹਾਂਜੀ ਰੀਨਾ, ਸੀਤਾ ਰਾਣੀ ਬਿਲਕੁਲ ਰਾਈਟ ਹੈ ਜੀ। ਪ੍ਰਿਯੰਕਾ, ਹਾਂਜੀ ਸਰਬਜੀਤ, ਰੁਪਿੰਦਰ ਬਿਲਕੁਲ ਰਾਈਟ ਆਂਸਰ ਹੈ ਜੀ। ਹਾਂਜੀ ਮੁੰਡਾ ਜਿਹੜਾ ਹੈ ਜੀ ਉਹ ਉਦੇਸ਼ ਹੈ, ਜਿਹੜਾ ਰੋਟੀ ਖਾਂਦਾ ਹੈ ਇਹ ਵਿਧੇਹ ਹੈ। ਪ੍ਰਸ਼ਨ ਨੰਬਰ 29, ਰੂਪਾਂਤਰੀ ਵਿਆਕਰਨ ਦਾ ਕਰਤਾ ਹੈ। ਆਪਸ਼ਨ ਏ ਹਰਜੀਤ ਸਿੰਘ ਗਿੱਲ, ਆਪਸ਼ਨ ਬੀ ਹਰਕੀਰਤ ਸਿੰਘ, ਆਪਸ਼ਨ ਸੀ ਬਲਬੀਰ ਸਿੰਘ ਸੰਧੂ, ਆਪਸ਼ਨ ਡੀ ਪਰਮਜੀਤ ਵਾਲੀਆ। ਹਾਂਜੀ ਪ੍ਰਿਯੰਕਾ ਬਿਲਕੁਲ ਰਾਈਟ ਆਂਸਰ ਹੈ ਜੀ। ਹਾਂਜੀ ਸੀਤਾ, ਰੀਨਾ, ਮਮਤਾ ਰੋਂਗ ਆਂਸਰ ਹੈ ਜੀ। ਠੀਕ ਹੈ 28 ਦਾ। ਰੁਪਿੰਦਰ ਹਾਂਜੀ ਬਿਲਕੁਲ ਰਾਈਟ, ਅਮਨ ਬਿਲਕੁਲ ਰਾਈਟ, ਸਰਬਜੀਤ ਬਿਲਕੁਲ ਰਾਈਟ ਆਂਸਰ ਹੈ ਜੀ। ਮਮਤਾ ਤੁਹਾਡਾ 28 ਵਾਲਾ ਵੀ ਰੋਂਗ ਹੈ ਜੀ, ਸੀ ਆਏਗਾ। ਹਾਂਜੀ ਇਹਦਾ ਜਿਹੜਾ ਰੂਪਾਂਤਰੀ ਵਿਆਕਰਨ ਹੈ ਇਸ ਬੁੱਕ ਦਾ ਜਿਹੜਾ ਲੇਖਕ ਹੈ ਆਪਸ਼ਨ ਬੀ ਹਰਕੀਰਤ ਸਿੰਘ ਹੈ ਜੀ। ਪ੍ਰਸ਼ਨ ਨੰਬਰ 30, ਲੋਕੋਕਤੀ ਲਈ ਕਿਹੜਾ ਸ਼ਬਦ ਦਰੁਸਤ ਨਹੀਂ ਹੈ, ਨਹੀਂ ਦੱਸਣਾ ਜੀ। ਆਪਸ਼ਨ ਏ ਕਹਾਵਤ, ਆਪਸ਼ਨ ਬੀ ਮੁਹਾਵਰਾ, ਆਪਸ਼ਨ ਸੀ ਅਖੌਤ, ਆਪਸ਼ਨ ਡੀ ਅਖਾਣ। ਹਾਂਜੀ ਰੁਪਿੰਦਰ, ਅਮਨ ਬਿਲਕੁਲ ਰਾਈਟ ਆਂਸਰ ਹੈ ਜੀ। ਹਾਂਜੀ ਪ੍ਰਿਯੰਕਾ ਬਿਲਕੁਲ ਰਾਈਟ ਆਂਸਰ ਹੈ, ਆਪਸ਼ਨ ਬੀ ਮੁਹਾਵਰਾ ਜਿਹੜਾ ਹੈ ਉਹ ਲੋਕੋਕਤੀ ਲਈ ਦਰੁਸਤ ਨਹੀਂ ਹੈ। ਬਾਕੀ ਲੋਕੋਕਤੀ ਨੂੰ ਕਹਾਵਤ ਵੀ ਕਿਹਾ ਜਾਂਦਾ, ਅਖੌਤ ਵੀ ਕਿਹਾ ਜਾਂਦਾ ਤੇ ਅਖਾਣ ਵੀ ਕਿਹਾ ਜਾਂਦਾ। ਹਾਂਜੀ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਜੀ। ਹਾਂਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਧੰਨਵਾਦ।